ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੱਜਣਾ ਬੇਲੀਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ ਜ਼ਰੂਰੀ ਕੁਛ ਬੇਨਤੀਆਂ ਨੇ, ਅਪੀਲਾਂ ਨੇ, ਧਿਆਨ ਦੇ ਨਾਲ ਸੁਣਨਾ। ਪਹਿਲਾਂ ਤਾਂ ਇਹ ਹੈ ਕਿ ਆਪਣਾ ਚੋਣ ਨਿਸ਼ਾਨ ਆ ਜਿਹੜਾ ਉਹ ਬਾਲਟੀ ਆ, ਦਸਵੇਂ ਨੰਬਰ 'ਤੇ ਆਪਣਾ ਚੋਣ ਨਿਸ਼ਾਨ ਆ। ਜਿਹੜੀ ਉਹ ਮਸ਼ੀਨ ਹੋਊਗੀ ਉਹਦੇ ਉੱਤੇ ਦਸਵੇਂ ਨੰਬਰ ਦਾ ਆਪਣਾ ਨਿਸ਼ਾਨ ਆ, ਇਹ ਧਿਆਨ ਰੱਖਣਾ। ਚੋਣ ਨਿਸ਼ਾਨ ਬਾਲਟੀ ਆ। ਜਿੰਨੇ ਵੀ ਨੌਜਵਾਨ, ਜਿੰਨੇ ਵੀ ਇਨਸਾਨ ਆਪਣੇ ਨਾਲ ਜੁੜੇ ਹੋਏ ਆ, ਸਾਰੇ ਉਹ ਆਪਣੇ ਪਿੰਡਾਂ ਦੇ ਵਿੱਚ ਘਰੋ ਘਰੀ ਤੁਸੀਂ ਆਪ ਮੁਹਾਰੇ ਸ਼ੁਰੂ ਹੋ ਜਾਓ। ਹੁਣ ਹਰ ਘਰ ਦੇ ਵਿੱਚ ਮਾਵਾਂ ਕੋਲੇ, ਭੈਣਾਂ ਕੋਲੇ ਜਾ ਕੇ, ਬਜ਼ੁਰਗਾਂ ਕੋਲੇ ਆਪਣਾ ਨਿਸ਼ਾਨ ਦਿਖਾਉਣਾ, ਇਹ ਤੁਹਾਡੀ ਜ਼ਿੰਮੇਵਾਰੀ ਆ। ਹਲਕਾ ਬਹੁਤ ਵੱਡਾ, ਸਾਰੇ ਹਲਕੇ ਦੇ ਵਿੱਚ ਗੇੜਾ ਦੁਬਾਰੇ ਨਹੀਂ ਲੱਗਣਾ। ਇੱਕ ਵਾਰੀ ਆਪਾਂ ਗੇੜਾ ਮਾਰ ਗਏ ਹਾਂ। ਕਈ ਭਰਾ ਕਹਿੰਦੇ ਵੀ ਆ ਕਿ ਬਾਈ ਦੁਬਾਰੇ ਆਓ, ਦੁਬਾਰੇ ਆਓ, ਵੀ ਗੇੜਾ ਲਾ ਕੇ ਜਾਓ। ਸੋ ਗੇੜਾ 650 ਪਿੰਡ ਆ ਬਾਈ, ਗੇੜਾ ਬੜਾ ਮੁਸ਼ਕਲ ਆ। ਸੋ ਤੁਸੀਂ ਆਪਦੇ ਤੌਰ ਦੇ ਉੱਤੇ ਹੁਣ ਇਹ ਸੋਚ ਲਓ ਵੀ ਚੋਣ ਭਾਈ ਲੱਖਾਂ ਨੇ ਅਸੀਂ ਲੜ ਰਹੇ ਹਾਂ। ਇੱਕ ਬੇਨਤੀ ਹੋਰ ਹੈ, ਕਈ ਸੱਜਣਾਂ ਦੇ ਫੋਨ ਆਏ ਕਿ ਬਾਈ ਸਾਡੇ ਤੇ ਦਾਅ ਬਹੁਤ ਪੈਂਦੀ ਆ, ਸਾਡੇ ਰਿਸ਼ਤੇਦਾਰ ਆ ਕੇ ਬਹਿ ਗਏ, ਸਾਡੇ ਫਲਾਨਾ ਆ ਕੇ ਬਹਿ ਗਿਆ, ਸਾਡੇ ਸਰਪੰਚ ਨੇ ਦਾਅ ਪਾ ਲਈ, ਸਾਡੇ ਕਿਸੇ ਹੋਰ ਬੰਦੇ ਨੇ ਦਾਅ ਪਾ ਲਈ, ਸਾਡੇ ਕਈ ਲੀਡਰ ਆ ਗਏ। ਜੇ ਬਾਈ ਐਂ ਦਾਅ ਮੰਨਣੀ ਹੈ ਫਿਰ ਆਪਾਂ ਸੱਚ ਦਾ ਸਾਥ ਨਹੀਂ ਦੇ ਸਕਦੇ, ਫਿਰ ਠੀਕ ਆ ਮਗਰੋਂ ਪਛਤਾਈ ਜਾਓ। ਜੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਬਈ ਅਸੀਂ ਤੇਰੇ ਨਾਲ ਖੜੇ ਹਾਂ, ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਨੂੰ ਬਚਾਉਣ ਤੁਰੇ ਹਾਂ, ਫਿਰ ਜੇ ਰਿਸ਼ਤੇਦਾਰੀਆਂ ਦੇ ਦਾਬਾ ਮੰਨ ਕੇ ਕੋਈ ਬਾਦਲ ਨਾਲ ਤੁਰ ਗਿਆ, ਕੋਈ ਕਾਂਗਰਸ ਨਾਲ ਤੁਰ ਗਿਆ, ਕੋਈ ਹੋਰ ਨਾਲ ਤੁਰ ਗਿਆ, ਫਿਰ ਨਹੀਂ ਗੱਲ ਬਣਨੀ। ਫਿਰ ਠੀਕ ਆ ਮਗਰੋਂ ਪਛਤਾਈ ਜਾਓ ਵੀ ਯਾਰ ਬੰਦਾ ਤਾਂ ਉਹ ਉਦੋਂ ਗਲਤੀ ਕਰ ਬੈਠੇ। ਜਿਵੇਂ ਮੌੜਾਂ 'ਚ ਮੈਂ ਕਹਿੰਦਾ ਵੀ ਮੌੜਾਂ ਵਾਲਿਓ, ਜੇ ਤੁਸੀਂ ਮੈਨੂੰ ਬਾਈ 'ਚ ਜਿਤਾ ਕੇ ਭੇਜਿਆ ਹੁੰਦਾ ਨਾ ਤਾਂ ਤੁਹਾਡੀ ਆਵਾਜ਼ ਬਣ ਕੇ ਉੱਥੇ ਗੂੰਜਦਾ। ਹੁਣ ਵੀ ਮੈਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਹੁਣ ਤੁਹਾਡਾ ਇਕੱਲੇ ਇਕੱਲੇ ਬਠਿੰਡੇ ਹਲਕੇ ਦੇ ਵਿੱਚ ਇਕੱਲੇ ਇਕੱਲੇ ਬੰਦੇ ਦਾ ਫਰਜ਼ ਬਣਦਾ ਵੀ ਤੁਸੀਂ ਹੁਣ ਆਪ ਮਹਾਰੇ ਇਸ ਚੋਣ ਮੁਹਿੰਮ ਨੂੰ ਚਲਾਓ। ਬਹੁਤ ਸੱਜਣ, ਬਹੁਤ ਭਰਾ ਝੰਡੇ ਮੰਗਦੇ ਆ ਬਾਈ, ਪੋਸਟਰ ਮੰਗਦੇ ਆ। ਸੋਨੂੰ ਵੀ ਪਤਾ ਵੀ ਝੰਡੇ ਪੋਸਟਰ ਜੇ ਆਪਾਂ ਲਾਉਣ ਬੈਠਾਂਗੇ ਖਰਚਾ ਬਹੁਤ ਜ਼ਿਆਦਾ ਆ, ਕਿ ਸੋਨੂੰ ਵੀ ਪਤਾ ਵੀ ਇੰਨਾ ਖਰਚਾ ਕਰਨ ਯੋਗ ਰਹੇ ਆਪਾਂ ਹੈ ਨਹੀਂ। ਇਹਨਾਂ ਦਾ ਲੁੱਟਿਆ ਹੋਇਆ, ਬਾਦਲਾਂ ਨੇ ਬਥੇਰਾ ਪੰਜਾਬ ਲੁੱਟਿਆ, ਕਾਂਗਰਸੀਆਂ ਕੋਲ ਬਥੇਰਾ ਲੁੱਟਿਆ ਹੋਇਆ ਪੁਰਾਣਾ, ਝਾੜੂ ਹੁਣ 26 ਮਹੀਨਿਆਂ ਦਾ ਬਹੁਤ ਲੁੱਟ ਕਰ ਲਈ ਇਹਨਾਂ ਨੇ, ਬਹੁਤ ਪੈਸਾ ਇਕੱਠਾ ਕਰ ਲਿਆ ਪੰਜਾਬ ਚੋਂ। ਇਹਦਾ ਥਾਂ ਥਾਂ ਤੇ ਕੰਧਾਂ ਤੇ ਪੋਸਟਰ ਝੰਡੇ ਕੰਧਾਂ ਦੇ ਟੰਗ ਦੇਣਗੇ ਬਾਈ। ਸੋ ਮੇਰੀ ਬੇਨਤੀ ਉਹਨਾਂ ਭਰਾਵਾਂ ਨੂੰ ਸਾਰਿਆਂ ਨੂੰ ਵੀ ਤੁਸੀਂ ਝੰਡੇ ਵੀ ਤੁਸੀਂ ਹੋ, ਹੁਣ ਪੋਸਟਰ ਵੀ ਤੁਸੀਂ ਹੋ, ਵੋਟਰ ਵੀ ਤੁਸੀਂ ਹੋ, ਸਪੋਰਟਰ ਵੀ ਤੁਸੀਂ ਹੋ, ਸਾਰਾ ਕੁਛ ਉਹਨੂੰ ਆਪ ਹੀ ਕਰਨਾ ਪੈਣਾ। ਇੱਕ ਮੇਰੀ ਬੇਨਤੀ ਆ ਹੋਰ, ਜਿਹੜੇ ਭਰਾ ਸਾਡੇ ਕੋਈ ਬਾਹਰਲੇ ਹਲਕਿਆਂ ਦੇ ਵਿੱਚੋਂ ਮਦਦ ਕਰਨਾ ਚਾਹੁੰਦੇ ਆ, ਪੰਜਾਬ ਚੋਂ ਜਾਂ ਕਿਤੋਂ ਵੀ ਮਦਦ ਕਰਨਾ ਚਾਹੁੰਦੇ, ਉਹਨਾਂ ਨੂੰ ਬੇਨਤੀ ਇਹ ਕਰਦਾ ਕਿ ਬਾਈ ਜੇ ਤੁਸੀਂ ਹੁਣ ਸਾਡੇ ਕੋਲ ਆਉਣਾ ਆਹ 10 ਦਿਨ ਰਹਿ ਗਏ, 10 ਦਿਨ ਤੁਸੀਂ ਆਪਣੀਆਂ ਗੱਡੀਆਂ ਲੈ ਕੇ ਆ ਸਕਦੇ ਹੋ, ਤੁਸੀਂ ਉਹਨਾਂ ਗੱਡੀਆਂ ਦੇ ਉੱਤੇ ਆਪਣਾ ਕੋਈ ਸਪੀਕਰ ਬੰਨ ਕੇ ਚੋਣ ਨਿਸ਼ਾਨ ਬਾਲਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਸਰਦਾਰ ਸਿਮਰਜੀਤ ਸਿੰਘ ਮਾਨ ਦੀ ਇੱਕ ਤਸਵੀਰ ਫੋਟੋ, ਇੱਕ ਨਾਲ ਮੇਰੀ ਫੋਟੋ ਲਾ ਕੇ, ਇੱਕ ਬਾਲਟੀ ਦਾ ਚੋਣ ਨਿਸ਼ਾਨ ਲਾ ਕੇ, ਤੁਸੀਂ ਹੁਣ ਆਪ ਦੇ ਤੌਰ ਦੇ ਉੱਤੇ ਜਿੰਨਾ ਬਰਿੰਡਾ ਲੋਕ ਸਭਾ ਹਲਕਾ ਉਹਦੇ ਵਿੱਚ ਤੁਸੀਂ ਗੱਡੀਆਂ ਲੈ ਕੇ ਆਪ ਮਹਾਰੇ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿਓ ਵੀ ਭਾਈ ਚੋਣ ਨਿਸ਼ਾਨ ਬਾਲਟੀ ਹੈ, ਮਸ਼ੀਨ ਦੇ ਉੱਤੇ 10ਵੇਂ ਨੰਬਰ ਤੇ ਚੋਣ ਨਿਸ਼ਾਨ ਹੈ। ਜਿਹੜੇ ਭਰਾ ਕਹਿੰਦੇ ਆ, ਫੋਨ ਕਰਦੇ ਆ ਕਿ ਬਾਈ ਅਸੀਂ ਕਿਵੇਂ ਮਦਦ ਕਰੀਏ, ਅਸੀਂ ਆਉਣਾ ਚਾਹੁੰਦੇ ਹਾਂ, ਸੋ ਸਾਡੇ ਕੋਲ ਆਉਣ ਦਾ ਬਾਈ ਕੋਈ ਫਾਇਦਾ ਨਹੀਂ। ਤੁਸੀਂ ਆਪ ਮਹਾਰੇ ਉਹਨਾਂ ਹਲਕਿਆਂ ਤੁਰ ਪਓ, ਲੰਬੀ ਹਲਕਾ ਮੁਕਤਸਰ ਦਾ, ਬਠਿੰਡਾ ਦਿਹਾਤੀ ਆ, ਬਠਿੰਡਾ ਸ਼ਹਿਰੀ ਆ, ਭੁੱਚੋ ਹਲਕਾ, ਮੌੜ ਹੈ, ਤਲਵੰਡੀ ਹੈ, ਮਾਨਸਾ, ਸਰਦੂਲਗੜ੍ਹ ਹੈ, ਬੁਲਾਡਾ, 9 ਹਲਕੇ ਆ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਮੇਰਾ ਵੀਰ ਵੀ ਤੁਸੀਂ ਹੁਣ ਇਹਨਾਂ 9 ਹਲਕਿਆਂ ਦੇ ਵਿੱਚ ਜਿਹੜੇ ਭਰਾ ਕਹਿੰਦੇ ਵੀ ਅਸੀਂ ਬਾਈ ਬਾਹਰੋਂ ਆਉਣਾ, ਸਾਡਾ ਕੋਈ ਹੋਰ ਜ਼ਿਲ੍ਹਾ, ਤੁਸੀਂ ਉੱਥੋਂ ਵੀ ਮੇਰਾ ਵੀਰ ਆਪੋ ਆਪਣੀਆਂ ਗੱਡੀਆਂ ਦੇ ਉੱਤੇ ਸਪੀਕਰ ਬੰਨ ਕੇ ਉੱਥੇ ਉਹ ਇੱਕ ਚਿੱਪ ਜੀ ਭਰਾ ਲਿਓ, ਉਹਦੇ ਵਿੱਚੋਂ ਬੋਲਦੇ ਆ, ਤੁਹਾਨੂੰ ਦੱਸਦਾ ਕਿਹੜੀ ਚਿੱਪ ਭਰਾਉਣੀ ਹੈ, ਉਹ ਭਰਾ ਕੇ ਉਹ ਲਾ ਕੇ ਚਿੱਪ ਪਿੰਡਾਂ ਦੇ ਵਿੱਚ ਚੋਣ ਨਿਸ਼ਾਨ ਦੱਸਦੇ, ਫਿਰ ਉਹ 10ਵੇਂ ਨੰਬਰ ਤੇ ਨਿਸ਼ਾਨ ਆ। ਸੋ ਬਾਕੀ ਮੇਰਾ ਵੀਰ ਮੇਰੇ ਸਾਰੇ ਭਰਾਵਾਂ ਨੂੰ ਅਪੀਲ ਆ, ਜਿੰਨੇ ਵੀ ਆਪਣੇ ਨਾਲ ਸਾਰੇ ਹਲਕੇ ਦੇ ਵਿੱਚ ਆਪਣੇ ਪਿੰਡਾਂ ਚ ਕਮੇਟੀਆਂ ਟੀਮਾਂ ਬਣੀਆਂ ਹੋਈਆਂ ਨੇ, ਜਿੱਥੇ ਦੁਬਾਰੇ ਗੇੜਾ ਲੱਗਿਆ ਲਾਵਾਂਗੇ ਵੀ, ਜੋਰ ਲਾਵਾਂਗੇ, ਕੋਸ਼ਿਸ਼ ਕਰਾਂਗੇ, ਜਿੱਥੇ ਆਇਆ ਗਿਆ ਪਹੁੰਚਾਂਗੇ ਵੀ, ਪਰ ਬਹੁਤੇ ਥਾਵਾਂ ਤੇ ਨਹੀਂ ਪਹੁੰਚਿਆ ਜਾਣਾ। ਸੋ ਆਮ ਮਹਾਰੇ ਮੇਰਾ ਵੀਰ ਕਈ ਬੰਦੇ ਕਹਿੰਦੇ ਆ ਕਿ ਬਾਈ ਸਾਡੇ ਪਿੰਡ ਚੋਂ ਬੰਦੇ ਜੁੜਨਾ ਚਾਹੁੰਦੇ ਆ, ਮਿਲਣਾ ਚਾਹੁੰਦੇ ਆ, ਹੁਣ ਆਪਾਂ ਕੋਲ ਟਾਈਮ ਨਹੀਂ ਬਾਈ, ਮਿਲਾ ਦਿਓ ਕੋਈ ਗੱਲ ਨਹੀਂ, ਵੋਟਾਂ ਦਾ ਮਾਰੋ ਲਿਆ ਕੇ ਮਿਲਾ ਦਿਓ, ਖੁੱਲ੍ਹਾ ਟਾਈਮ ਹੋਊਗਾ ਆਪਣੇ ਕੋਲ, ਜਿਹਨੂੰ ਮਰਜ਼ੀ ਲਿਆ ਕੇ ਮਿਲਾ ਦਿਓ। ਸੋ ਹੁਣ ਮੇਰਾ ਵੀਰ ਇਹ ਕੰਮ ਖਿੱਚ ਕੇ ਰੱਖੋ, ਆਹ ਆਪਣੇ ਕੋਲ 10 ਦਿਨ ਬਹੁਤ ਜ਼ਿਆਦਾ ਅਹਿਮ ਦਿਨ ਨੇ, ਲਹਿਰ ਤੇ ਹਵਾ ਪੂਰੀ ਜਿੱਥੇ ਵੀ ਜਾਂਦੇ ਆ ਆਪ ਮਹਾਰੇ, ਹੁਣ ਤਾਂ ਆਪ ਫੋਨ ਆਉਣ ਲੱਗ ਗਏ ਇਹਨਾਂ ਦੇ ਬੰਦਿਆਂ ਦੇ ਵੀ, ਜਿਹੜੇ ਮੁੱਢੋਂ ਇਹਨਾਂ ਨਾਲ ਜੁੜੇ ਹੋਏ ਨੇ, ਅਕਾਲੀ ਦਲ, ਬਾਦਲ ਨਾਲ ਜਾਂ ਕਾਂਗਰਸ ਨਾਲ ਜਾਂ ਝਾੜੂ ਨਾਲ, ਉਹ ਵੀ ਕਹਿੰਦੇ ਕਿ ਬਾਈ ਐਤਕੀ ਸਾਰੇ ਦੇਖ ਲਏ ਤੇਰਾ ਸਾਥ ਦੇਵਾਂਗੇ। ਸੋ ਐਤਕੀ ਮੌਕਾ ਨਾ ਖਿਜਾ ਦਿਓ, ਮੁੜ ਕੇ ਫਿਰ ਕਹੀ ਜਾਂਦੇ ਹੁੰਦੇ ਹੋ ਫਿਰ ਚੰਗੇ ਬੰਦੇ ਹਰ ਗਏ ਮਾੜੇ ਫਿਰ ਪਹੁੰਚ ਗਏ ਫਿਰ ਪਿੱਟੀ ਜਾਂਦੇ ਹੁੰਦੇ, ਕੋਈ ਫਾਇਦਾ ਨਹੀਂ। ਸੋ ਤੁਹਾਡੇ ਕੋਲ ਸੁਨਹਿਰੀ ਮੌਕਾ ਬਾਈ, ਡਟ ਕੇ ਸਾਥ ਦਿਓ, ਸਰੂਰ ਤੋਂ ਮਾਨ ਸਾਹਿਬ ਦਾ ਸਾਥ ਦਿਓ, ਖੰਡੂਰ ਸਾਹਿਬ ਤੋਂ ਵੀ ਸਾਥ ਦਿਓ, ਫਰੀਦਕੋਟ ਤੋਂ ਸਰਬਜੀਤ ਸਿੰਘ, ਸ਼ਹੀਦ ਭਾਈ ਬੇਅੰਤ ਸਿੰਘ ਦਾ ਮੁੰਡਾ, ਉਹ ਖੜੇ ਨੇ। ਸੋ ਸਾਰਿਆਂ ਨੂੰ ਮੇਰੀ ਅਪੀਲ ਆ, ਬੇਨਤੀ ਆ ਵੀ ਜਿੱਥੇ ਸਾਡੇ ਪੰਜਾਬ ਦਰ ਦੀ ਪੰਥ ਦਰ ਦੀ ਬੰਦੇ ਖੜੇ ਨੇ, ਉਹ ਜਿੱਤ ਕੇ ਪੰਜਾਬ 'ਚੋਂ ਜਾਣੇ ਚਾਹੀਦੇ ਆ। ਸੋ ਚਾਰ ਚਪੇਰੇ ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਨੇ, ਕੋਈ ਜਾਣ ਪਛਾਣ ਹੈ, ਉਹਨਾਂ ਨੂੰ ਵੀ ਫੋਨ ਲਾ ਦਿਓ, ਸੁਨੇਹੇ ਲਾ ਦਿਓ, ਚੋਣ ਨਿਸ਼ਾਨ ਬਾਲਟੀ ਯਾਦ ਰੱਖਿਓ, ਚੋਣ ਨਿਸ਼ਾਨ ਬਾਲਟੀ ਆ, 10ਵੇਂ ਨੰਬਰ 'ਤੇ ਆਪਣਾ ਬਠਿੰਡੇ ਹਲਕੇ ਚੋਣ ਨਿਸ਼ਾਨ ਆ, ਇਹ ਵੀ ਘਰੋ ਘਰੀ ਤੁਸੀਂ ਜਾ ਕੇ ਲੋਕਾਂ ਨੂੰ ਸਾਨੂੰ ਦੱਸ ਦੇਣਾ। ਸੋ ਅਗਲੀ ਗੱਲਬਾਤ ਆਪਾਂ ਹੁਣ ਰੋਜ਼ ਹੀ ਆਪਾਂ ਕਿਸੇ ਨਾ ਕਿਸੇ ਗੱਲਬਾਤ ਦੇ ਉੱਤੇ ਤੁਹਾਡੇ ਨਾਲ ਆਪਾਂ ਜੁੜਿਆ ਕਰਾਂਗੇ ਅਤੇ ਆਪਾਂ ਗੱਲਬਾਤ ਕਰਦੇ ਰਿਹਾ ਕਰਾਂਗੇ। ਧੰਨਵਾਦ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ।